ਦੋਸਤੋ ਅੱਜ ਮੈਂ ਤੁਹਾਡੇ ਨਾਲ ਬਹੁਤ ਅਹਿਮ ਮੁੱਦੇ ਤੇ ਗੱਲ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਅਤੇ ਬਾਈਬਲ ਕਲਾਂ ਦੇ ਜਿਹੜੇ ਕਤਲ ਬਹੁਤ ਅਰਸੇ ਤੋਂ ਲਟਕ ਰਹੇ ਨੇ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਮੱਤੇਵਾੜਾ ਦੇ ਜੰਗਲ ਦੇ ਇਸ਼ੂ ਨੂੰ ਲੈ ਕੇ ਮੈਂ ਜਾ ਰਿਹਾ ਵਾਂ ਸਿੱਖੇਵਾਲ ਪਿੰਡ ਸਿੱਖੋਵਾਲ ਪਿੰਡ ਰਾਹੋਂ ਦੇ ਲਾਗੇ ਜਿੱਥੇ ਜੰਗਲ ਦਾ ਉਜਾੜਾ ਕੀਤਾ ਜਾ ਰਿਹਾ ਲੇਕਿਨ ਮੈਂ ਉੱਥੇ ਜਾ ਕੇ ਜਿਹੜੀ ਗੱਲ ਕਰੂੰਗਾ ਉਹ ਤੁਹਾਡੇ ਤੱਕ ਪਹੁੰਚਾਉਣੀ ਆ ਉਸ ਤੋਂ ਪਹਿਲਾਂ ਜਿਹੜਾ ਬਹੁਤ ਇੰਪੋਰਟੈਂਟ ਇਸ਼ੂ ਹੈ 2015 ਤੋਂ ਲਗਾਤਾਰ 7 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਲਟਕਦਾ ਤੁਰਿਆ ਆਉਂਦਾ ਔਰ ਦੁੱਖ ਇਸ ਗੱਲ ਦਾ ਵਾ ਕਿ ਜਿਹੜੀ ਪਾਰਟੀ ਓਪੋਜੀਸ਼ਨ ਵਿੱਚ ਆਮ ਆਦਮੀ ਪਾਰਟੀ ਬਹੁਤ ਸ਼ੋਰ ਮਚਾਉਂਦੀ ਸੀਗੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ 5 ਸਾਲਾਂ 'ਚ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਣ ਕੇ ਉਹਦੇ 'ਤੇ ਇਨਸਾਫ਼ ਨਹੀਂ ਦਿੱਤਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਦਾ ਪਰਿਵਾਰ ਰਲੇ ਹੋਏ ਨੇ ਔਰ ਇਹ ਬਾਦਲ ਦੀ ਹਿਫਾਜ਼ਤ ਕਰ ਰਹੇ ਨੇ ਇੱਕ ਵਾਰ ਨਹੀਂ ਕਿਹਾ ਸ਼ਾਇਦ ਸੈਂਕੜੇ ਵਾਰ ਇਹਨਾਂ ਨੇ ਇਹ ਗੱਲ ਕਹੀ ਹੋਵੇਗੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ ਅਸੀਂ ਇਸ ਮਸਲੇ ਨੂੰ 24 ਘੰਟੇ ਦੇ ਵਿੱਚ ਹੱਲ ਕਰਕੇ ਦਿਖਾਵਾਂਗੇ ਤਾਂ ਕੱਲ੍ਹ ਜਿਹੜੀ SIT ਦੀ ਫਾਈਨਲ ਰਿਪੋਰਟ ਫਾਈਨਲ ਯਾਦ ਰੱਖਿਓ ਬੇਅਦਬੀਆਂ ਨੂੰ ਲੈ ਕੇ ਫਾਈਨਲ ਰਿਪੋਰਟ ਹੈ ਇਸ ਤੋਂ ਬਾਅਦ ਹੁਣ ਕੋਈ ਅੱਗੇ ਜਾਂਚ ਬੇਅਦਬੀਆਂ ਦੇ ਮੁਤਲਕ ਨਹੀਂ ਰਹੇਗੀ ਤਾਂ ਉਸ ਫਾਈਨਲ ਰਿਪੋਰਟ ਦੇ ਵਿੱਚ ਜਿੱਥੇ ਇਹਨਾਂ ਨੇ ਕੁਛ ਇੱਧਰ ਉੱਧਰ ਹੋਰ ਕਰਕੇ ਨਾਮਜ਼ਦ ਡੇਰਾ ਸੱਚਾ ਸੌਦਾ ਦੇ ਸਾਧ ਨੂੰ ਨਾਮਜ਼ਦ ਕੀਤਾ ਲੇਕਿਨ ਜਿਹੜੇ ਜਿਨ੍ਹਾਂ ਦੇ ਕਰਕੇ ਅਸਲ ਬੇਅਦਬੀਆਂ ਹੋਈਆਂ ਪੰਜਾਬ ਦੇ ਵਿੱਚ ਬਾਦਲ ਦੇ ਪਰਿਵਾਰ ਦੇ ਮੁਤਲਕ ਕੋਈ ਗੱਲ ਨਹੀਂ ਕੀਤੀ ਇੱਕ ਲਫ਼ਜ਼ ਨਹੀਂ ਲਿਖਿਆ ਉਲਟਾ ਇਹਨੂੰ ਆਪਾਂ ਇਹ ਸਮਝ ਲਓ ਕਿ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਔਰ ਬਾਦਲ ਦੇ ਜਿਹੜੇ ਮੈਂ ਇਹਨਾਂ ਨੂੰ ਅਕਾਲੀ ਦਲ ਨਹੀਂ ਕਹਿੰਦਾ ਕਿਉਂਕਿ ਇਹ ਇੱਕ ਪਰਿਵਾਰ ਦੀ ਪੋਲਿਟਿਕਸ ਹੈ ਜਿਨ੍ਹਾਂ ਨੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਕਾਫੀ ਅਰਸੇ ਤੋਂ ਤਿਲਾਂਜਲੀ ਦਿੱਤੀ ਹੋਈ ਹੈ ਤੇ ਇਹਨਾਂ ਨੇ ਬਾਦਲ ਦੇ ਪਰਿਵਾਰ ਨੂੰ ਸਾਦੇ ਸ਼ਬਦਾਂ 'ਚ ਕਹਾਂ ਤੇ ਕਲੀਨ ਚਿੱਟ ਦਿੱਤੀ ਬੇਗੁਨਾਹ ਸਾਬਤ ਕਰ ਦਿੱਤਾ ਤੇ ਆਪਾਂ ਹੁਣ ਥੋੜਾ ਜਿਹਾ ਝਾਤ ਮਾਰ ਲਈਏ ਕਿ ਬੇਅਦਬੀਆਂ ਹੋਈਆਂ ਕਿਉਂ ਤੇ ਬਾਈਬਲ ਕਲਾਂ ਦੇ ਕਤਲਾਂ ਤੱਕ ਗੱਲ ਕਿਉਂ ਪਹੁੰਚੀ ਤੁਹਾਨੂੰ ਸਭ ਨੂੰ ਯਾਦ ਹੈ ਕਿ 2012 ਦੀ ਅਸੈਂਬਲੀ ਚੋਣ ਸੀਗੀ ਉਸ ਚੋਣ ਦੇ ਵਿੱਚ ਜਿਹੜਾ ਡੇਰਾ ਸੱਚਾ ਸੌਦਾ ਦੇ ਸਾਧ ਦੇ ਖਿਲਾਫ 295A ਦਾ ਸਿੱਖਾਂ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਮਸਲਾ ਸੀਗਾ ਉਹ ਬਠਿੰਡਾ ਦੀ ਸੈਸ਼ਨ ਕੋਰਟ ਦੀ ਅਦਾਲਤ ਵਿੱਚ ਚੱਲ ਰਿਹਾ ਸੀਗਾ ਔਰ ਜਦੋਂ ਇਲੈਕਸ਼ਨ ਆਈ ਕਿਉਂਕਿ ਬਾਦਲ ਦੇ ਪਰਿਵਾਰ ਨੂੰ ਲੱਗਦਾ ਸੀ ਕਿ ਇਹਨਾਂ ਦੀਆਂ ਬਹੁਤ ਵੋਟਾਂ ਨੇ ਡੇਰੇ ਦੀਆਂ ਅਸੀਂ ਇਹਨਾਂ ਦੇ ਨਾਲ ਸਮਝੌਤਾ ਕਰੀਏ ਤਾਂ ਕਿ ਮਾਲਵੇ ਦੇ ਵਿੱਚ ਸਾਨੂੰ ਫਾਇਦਾ ਹੋ ਸਕੇ ਇਹਨਾਂ ਨੇ ਇਲੈਕਸ਼ਨ ਤੋਂ ਐਨ ਪਹਿਲਾਂ ਸਰਕਾਰ ਵੀ ਅਕਾਲੀ ਦਲ ਦੀ ਸੀ ਬਾਦਲ ਦਲ ਦੀ ਸੀਗੀ ਇਹਨਾਂ ਨੇ ਐਨ ਪਹਿਲਾਂ ਉੱਥੇ ਅਰਜ਼ੀ ਦੇ ਕੇ ਉਸ ਨੂੰ ਕੇਸ ਨੂੰ ਵਿਦਡਰਾਅ ਕਰ ਲਿਆ ਉਸ ਨੇ ਸਾਰਾ ਜਿਹੜਾ ਬਣਿਆ ਹੋਇਆ ਇੱਕ ਮੁਕੱਦਮਾ ਸੀਗਾ ਉਹਦੇ ਖਿਲਾਫ ਉਸ ਨੂੰ ਢਹਿ ਢੇਰੀ ਕਰ ਦਿੱਤਾ ਔਰ ਵੋਟਾਂ ਵੀ ਪਈਆਂ 2012 ਦੇ ਅੰਕੜੇ ਕੱਢ ਕੇ ਦੇਖ ਲਓ ਅਕਾਲੀ ਦਲ ਨੂੰ ਫੇਅਰਲੀ ਬਾਦਲ ਪਰਿਵਾਰ ਨੂੰ ਫੇਅਰਲੀ ਵੱਡਾ ਸ਼ੇਅਰ ਵੋਟ ਦਾ ਡੇਰੇ ਦਾ ਤਬਦੀਲ ਵੀ ਹੋਇਆ ਇੱਥੇ ਬਸ ਨਹੀਂ ਫਿਰ ਇਹਨਾਂ ਨੇ ਡੇਰਾ ਸੱਚਾ ਸੌਦਾ ਦੀ ਮਦਦ ਵਾਸਤੇ ਇੱਕ ਚਿੱਠੀ ਜਨਰੇਟ ਕਰਾਈ ਔਰ ਉਹ ਚਿੱਠੀ ਸ਼ਾਇਦ ਹਿੰਦੀ ਵਿੱਚ ਸੀਗੀ ਅਕਾਲ ਤਖ਼ਤ ਦੇ ਜਥੇਦਾਰ ਤੱਕ ਪਹੁੰਚਾਈ ਗਈ ਫਿਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹਾ ਕਿ ਇਸ ਨੂੰ ਇਸ ਸਾਰੇ ਘਟਨਾਕ੍ਰਮ 'ਚੋਂ ਜਿਹੜੀ ਪੋਸ਼ਾਕ ਦੀ ਤੁਲਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਕਿ ਇਹਨੂੰ ਤੂੰ ਉੱਥੋਂ ਮਾਫ਼ ਕਰ ਦੇ ਮਾਫ਼ੀਨਾਮਾ ਦੇ ਦੇ ਇਹ ਪਹਿਲੀ ਵਾਰ ਹੋਇਆ ਉਦੋਂ ਅਕਾਲ ਤਖ਼ਤ ਸਾਹਿਬ ਦੇ ਕਿ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਤੋਂ ਪਹਿਲਾਂ ਉਸ ਵਕਤ ਦੇ ਜਥੇਦਾਰ ਨੇ ਇਹਨਾਂ ਦੇ ਕਹਿਣ ਦੇ ਉੱਤੇ ਵਿਦਡਰਾਅ ਕਰ ਲਿਆ ਬਹੁਤ ਸ਼ੋਰ ਮਚਿਆ ਦੁਨੀਆ ਭਰ ਦੇ ਵਿੱਚ ਤੇ ਉਹ ਜਿਹੜਾ ਹੁਕਮਨਾਮਾ ਸੀਗਾ ਉਹਨਾਂ ਨੂੰ ਰੱਦ ਕਰਨਾ ਪਿਆ ਉਹ ਇੱਕ ਹੋਰ ਬਹੁਤ ਵੱਡੀ ਗਲਤੀ ਕੀਤੀ ਅਵੱਗਿਆ ਕੀਤੀ ਮਰਿਆਦਾ ਦੀ ਕਹਿ ਲਓ ਜਾਂ ਅਕਾਲ ਤਖ਼ਤ ਸਾਹਿਬ ਦੀ ਕਹਿ ਲਓ ਇੱਥੇ ਬਸ ਨਹੀਂ ਫਿਰ ਇਹਨਾਂ ਨੇ ਉਸ ਵਕਤ ਚੀਫ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਇਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਤੈਅ ਹੈਗਾ ਇਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਇਹ ਸਾਰਾ ਮਾਫ਼ੀਨਾਮੇ ਦਾ ਘਟਨਾਕ੍ਰਮ ਇੱਕ ਸਾਜਿਸ਼ ਰਚੀ ਸੀਗੀ ਕਿ ਆਪਾਂ ਇਹਨੂੰ ਮਾਫ਼ ਕਰਵਾਉਣਾ ਵਾ ਔਰ ਠੀਕ ਇਹ ਗੱਲਾਂ ਸਾਰੀਆਂ ਜਦੋਂ ਹੋ ਰਹੀਆਂ ਨੇ ਲਗਭਗ 2014 ਦੇ ਨੇੜੇ ਤੇੜੇ ਤੇ 2015 ਦੇ ਵਿੱਚ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਉਹਨਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਜਿਹੜੇ ਗੁਨਾਹਗਾਰ ਲੋਕ ਸੀਗੇ ਕਿ ਸਾਨੂੰ ਕੌਣ ਰੋਕਣ ਵਾਲਾ ਸਰਕਾਰ ਵੀ ਸਾਡੇ ਨਾਲ ਆ ਬਾਦਲ ਦੀ ਪਰਿਵਾਰ ਵੀ ਨਾਲ ਹੈ ਤੇ ਪਾਰਟੀ ਵੀ ਨਾਲ ਹੈ ਤੇ ਸਰਕਾਰ ਵੀ ਨਾਲ ਆ ਤੇ ਚਾਹੇ ਉਹ ਫਿਰ ਮਲਕੇ ਪਿੰਡ ਵਿੱਚ ਆ ਬਰਗਾੜੀ ਵਿੱਚ ਹੈ ਬੁਰਜ ਜਵਾਹਰ ਸਿੰਘ ਵਾਲੇ ਵਿੱਚ ਆ ਉਹ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਕੁਛ ਗੱਲਾਂ ਮੈਂ ਤੁਹਾਨੂੰ ਥੋੜ੍ਹਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹਦੇ ਮੁਤਲਕ ਸਹੀ ਤੱਥ ਹੋਰ ਨਵੇਂ ਪੇਸ਼ ਕਰਾਂਗਾ ਪਰ ਲੇਕਿਨ ਹਲੇ ਫਿਲਹਾਲ ਆਪਾਂ ਜਿਹੜੇ ਤੱਥ ਅਵੇਲੇਬਲ ਨੇ ਉਹਦੇ 'ਤੇ ਆਪਾਂ ਗੱਲ ਕਰ ਲਈਏ ਕਿ ਇਹਨਾਂ ਨੇ ਬੇਅਦਬੀਆਂ ਦੇ ਮਸਲੇ 'ਤੇ ਕੁਛ ਨਹੀਂ ਕੀਤਾ
उस वक्त उन्होंने बहुत लाइटली लिया सुखबीर सिंह बादल एंड पार्टी ने भी तो कोई गल नहीं रूटीन हैगी है सरकार साड़ी है गल वधदी वधदी कोटकपूरे दे विच मोर्चा लग गया और फिर जिहड़ा 15 अक्तूबर की तड़के गोली चली जिहदे विच जस्टिस रणजीत सिंह कमिशन रिपोर्ट दे विच सुमेद सिंह सैनी डीजीपी ने यह मन्निया वा कि मैनू उदन तड़के की सवेर 2 बजे प्रकाश सिंह बादल चीफ मिनिस्टर का मैनू फोन आया हल्फिया बयान दायर किया हो उसने हुण चीफ मिनिस्टर नॉर्मल कोर्स विच 2 बजे तड़के किसी अफसर नूं फोन तां करदा नहीं गा और उदन ही सवेरे तड़के 14 अक्टूबर 2015 च पहला कोटकपूरे गोली चलती है घंटे के बहबल कलां जिहड़े लोग शांतमई ढंग शब्द कीर्तन कर रहे सीगे उत्थे जाके 2 सिख नौजवानों नूं गोली मार दित्ती जांदी और इस तो पहला जो बेअदबियां का प्रैशर वधन लग गया जो रौला पैण लग गया इहदे अगे पिछे तो तुहानूं याद होगा कि 2 अमृतधारी गुरसिख रुपिंदर ते जसविंदर 2 सके भरा सीगे 5 ग्राई पिंड दे पुलिस ने अपनियां कमजोरियां उनताईयां लुकाउण वास्ते उन्हां 2 भरावां नूं बेतहाशा टॉर्चर किया उन्हूं 3rd degree टॉर्चर किया कहिंदे ने और उन्हां नूं धक्के ना मनाया पुलिस ने कि बेअदबियां पंजाब दे विच जिहड़ियां सी ओह असीं कीतियां सारी दुनिया च जदों इहदा विरोध होया ते जो सच सामने आया और जसविंदर ते रुपिंदर नूं लैके सुखबीर सिंह बादल ने प्रेस कॉन्फ्रेंस भी की आ पुलिस हैडक्वार्टर विच उन्हां दिनां दे विच ते बाद विच इन्हां नूं माफी मंगनी पई कि ये लोग ये जिहड़े दोने भरा सीगे ये बेगुनाह सीगे तो दोस्तों मैं तुहानूं पुछना चाहुंदा वां कि इन्ने तथ इन्हां दे खिलाफ जस्टिस रणजीत सिंह कमिशन दे रिपोर्ट दे विच ये बाय नेम ने प्रकाश सिंह बादल और सुमेध सिंह सैनी ਅਤੇ ਹੋਰ ਸਾਰੇ ਜਿਹੜੇ ਮੁਜਰਮ ਸੀਗੇ ਲੇਕਿਨ ਇਹਨਾਂ ਦੇ ਖਿਲਾਫ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਛਾ ਜਿਨ੍ਹਾਂ ਨੇ ਨਹੀਂ ਕੀਤੀ ਅਗਰ ਬਾਦਲ ਦੇ ਪਰਿਵਾਰ ਨੇ ਨਹੀਂ ਕੀਤੀ ਤਾਂ ਅੱਜ ਉਹ ਹਾਸ਼ੀਏ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬੁਰੀ ਹਾਰ ਹੋਈ ਉਹਨਾਂ ਦੀ ਔਰ ਜੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਨਹੀਂ ਕੀਤੀ ਤੇ ਉਹ ਵੀ ਹਾਸ਼ੀਏ ਤੇ ਨੇ ਉਹਨਾਂ ਨੇ ਪਾਰਟੀ ਬਣਾਈ ਇਲੈਕਸ਼ਨ ਲੜੀ ਕੁਝ ਨਹੀਂ ਲੱਭਾ ਉਹਨਾਂ ਨੂੰ ਕਿਉਂਕਿ ਆਫਟਰ ਆਲ ਜਿਹੜਾ ਸਾਡਾ ਪੰਜਾਬ ਆ ਉਹ ਵਸਦਾ ਹੀ ਗੁਰਾਂ ਦੇ ਨਾਮ ਤੇ ਆ जे गुरु ग्रंथ साहब की बेअदबियां का इंसाफ गुरु ग्रंथ साहब नूं मिलेगा तो फिर तुसीं अंदाजा ला सकदे तुहानूं मैनूं या किसी होर नूं कोई इंसाफ की उम्मीद नहीं रखनी चाहिए तो लोगों ने एक बार फिर उम्मीद जताई कि केजरीवाल ते भगवंत सिंह मान सरकार बनाउणगे यह सानूं इंसाफ जरूर लेके देणगे लेकिन जिहड़ा कल कुछ जथेबंदियां नूं सद के सारा मैनिपुलेटिड सीगा जिस तरह कैप्टन अमरिंदर सिंह ने बरगाड़ी मोर्चे नूं मैनिपुलेट करके मोर्चा चका दिता सी एन उसकी तर्ज ते कल भगवंत सिंह मान ने कुछ बंदियां नूं बुला के ते दसण दा कोशिश की कि असी बेअदबियां दा मसला हल किया तो मैं भगवंत सिंह मान नूं पुछना चाहुंदा कि हुण बादल परिवार निर्दोष ने उन्होंने कोई गुनाह नहीं किया गोली अपने आप चल गई कोटकपूरे बजुर्गां ते औरतां ते लाठियां बजियां उह किहदे हुकम दे नाल बजियां अजीत सिंह दे उहदे चूले विच गोली वजी उह किहदे हुकम दे नाल वजी बेतहाशा तशद्दद कीता गया उत्थे चौंक दे विच सारियां सिख जथेबंदियां संपर्दावां उह फिर किसने चलाई सी गोली ते जिहड़ियां बेअदबियां दे जिहड़े इंसीडेंट बेअदबियां क्यों होईआं सरकार किहदी सीगी 2015 च बेअदबियां हो रहीआं 2017 तक 2 साल अकाली दल दी सरकार रही इह कोई जिम्मेवार नहीं सीगे इहदा मतलब तुहाडी निगाह दे विच केजरीवाल साहब अते भगवंत सिंह मान ਤੁਹਾਡੀ ਨਿਗਾਹ ਦੇ ਵਿੱਚ ਹੁਣ ਇਹ ਬੇਗੁਨਾਹ ਨੇ ਬੰਦੇ ਸਾਰਾ ਪਰਿਵਾਰ ਤੇ ਫਿਰ ਆਪਾਂ ਕਿਉਂ ਕਹਿੰਦੇ ਸੀ ਇਹਨਾਂ ਨੂੰ ਕਿ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਬਚਾ ਰਿਹਾ ਮੇਰਾ ਅੱਜ ਮੰਨਣਾ ਵਾ ਕਿ ਅਸਲ ਵਿੱਚ ਕੇਜਰੀਵਾਲ ਦੀ ਜਿਹੜੀ ਪਾਰਟੀ ਹੈ ਇਹ ਬੀਜੇਪੀ ਦੀ ਬੀ ਟੀਮ ਹੈ ਮੈਂ ਗਲਤ ਨਹੀਂ ਸ਼ਾਇਦ ਮੈਂ ਗਲਤ ਸਾਬਤ ਹੋ ਜਾਵਾਂ ਲੇਕਿਨ ਰਾਸ਼ਟਰਪਤੀ ਦੀ ਚੋਣ ਵਿੱਚ ਵੀ ਇਹ ਵੋਟ ਪਾਉਣਗੇ ਬੀਜੇਪੀ ਦੇ ਉਮੀਦਵਾਰ ਨੂੰ ਕੋਈ ਬਹਾਨਾ ਕਰਨ ਦੇਸ਼ ਵਿੱਚ ਇੰਨਾ ਤਸ਼ੱਦਦ ਹੋ ਰਿਹਾ ਘੱਟ ਗਿਣਤੀਆਂ ਤੇ ਬੁਲਡੋਜ਼ਰ ਪੋਲਿਟਿਕਸ ਚੱਲੀ ਲੇਕਿਨ ਕੇਜਰੀਵਾਲ ਸਾਹਿਬ ਨੇ ਕਦੀ ਦਿੱਲੀ 'ਚ ਹਾਂ ਦਾ ਨਾਰਾ ਨਹੀਂ ਮਾਰਿਆ प्रयागराज ਦੇ ਵਿੱਚ ਘਰ ਢਾਏ ਗਏ ਹੁਣ ਇੱਕ ਬਹੁਤ ਵੱਡਾ ਜਰਨਲਿਸਟ ਵਿਸਲ ਬਲੋਅਰ ਜ਼ੁਬੇਰ ਉਸ ਨੂੰ ਅਰੈਸਟ ਕੀਤਾ ਹੋਇਆ ਲੇਕਿਨ ਕੇਜਰੀਵਾਲ ਸਾਹਿਬ ਦੇ ਮੂੰਹੋਂ ਕਦੀ ਕੋਈ ਉਹਦੀ ਨਿਕਲੀ ਨਹੀਂ ਗਈ ਕਿ ਹਾਂ ਮੈਂ ਇਹਦੀ ਨਿਖੇਧੀ ਕਰਦਾ ਹਾਂ ਸੌਫਟ ਹਿੰਦੂਤਵਾਦੀ ਵੋਟ ਬੈਂਕ ਨੂੰ ਟਾਰਗੇਟ ਕਰਕੇ ਕੇਜਰੀਵਾਲ ਬੀਜੇਪੀ ਦੀ ਨੀਤੀਆਂ ਨੂੰ ਅਪਣਾ ਰਹੇ ਨੇ ਔਰ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜਿਹੜੇ ਰਾਜ ਸਭਾ ਦੇ ਮੈਂਬਰਸ ਬਣਾਏ ਤੁਹਾਡੇ ਸਾਹਮਣੇ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ ਕੋਈ ਬੋਲਦਾ ਰਾਜ ਸਭਾ ਦਾ ਮੈਂਬਰ ਮੱਤੇਵਾੜਾ ਦੇ ਹੱਕ ਵਿੱਚ ਕੋਈ ਬੋਲਿਆ ਜੋ ਸਾਡੇ ਨਾਲ ਅਨਿਆਇ ਹੋ ਰਿਹਾ ਬੀਬੀਐਮਬੀ ਔਰ ਸਾਡੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਚੰਡੀਗੜ੍ਹ ਦੇ ਸਾਰੇ ਇੰਪਲੋਈਜ਼ ਨੂੰ ਉਹਨਾਂ ਨੇ ਆਪਣੇ ਅਧੀਨ ਕਰ ਲਿਆ ਕੋਈ ਰਾਜ ਸਭਾ ਦਾ ਮੈਂਬਰ ਬੋਲਿਆ ਇਹਨਾਂ ਦਾ ਸੋ ਮੇਰਾ ਤਾਂ ਮੈਨੂੰ ਤਾਂ ਪੂਰਨ ਪਹਿਲਾਂ ਇਸ ਕਰਕੇ ਮੈਂ ਇਹ ਫੈਸਲਾ ਹੁਣ ਲੋਕਾਂ 'ਚ ਰਹੇਗਾ
मैं आने वाले दिनों दे विच बरगाड़ी फिर जाऊंगा, उत्थे सुखराज सिंह बैठा वा, कृष्ण भगवान सिंह जिहड़ा इहदा जिहदे उहदा बेटा बैठा जिहड़ा मारिया गया सीगा, दो बहबल कलां च गुरजीत सिंह ते उहनां शहीदां दे परिवार अज भी उत्थे बरगाड़ी विखे मोर्चा ला के बैठे ने, आपां उत्थे भी जाणा वा और इस मसले नूं उदों तक चक्की आउणा। मैनूं पता वा कि इंसाफ छेती मिलना नहीं गा, तुसीं देख लो कई गल्लां दा पंजाब दे नाल जो डिस्क्रिमिनेशन हुई उह कई दहाके लंघ चले ने लेकिन उहदा इंसाफ नहीं मिलिया। इहदा मतलब इह नहीं गा कि आपां लड़ाई ते जदोजहद ते चाराजोई छड्ड देणी, आपां लड़ना सब ने, आने वाले समय च इसनूं आपां फिर अगे लैके चलांगे और उदन तक लड़ांगे जिदन तक सही मुजरम, चाहे वह कोई डीजीपी सी, चाहे कोई चीफ मिनिस्टर सी, चाहे कोई वड्डे तो वड्डा लाट साहब होवे, उन्हूं जद तक यह सजा नहीं देंगे उदों तक यह मसला बरकरार रहेगा। और विधानसभा च मैं उठाया इस मसले नूं, इन्हां ने कोई जवाब नहीं दिता। उस तों बाद इन्हां दे अपने एमएलए कुंवर विजय प्रताप सिंह ने उठाया, उसने बहस लीती, मंगिया कि 30 मिनट ही दे दिओ, उसनूं उदन 30 मिनट नहीं दिते ते विधानसभा दे सैशन खत्म होने तों बाद रिपोर्ट पेश कर दिती। इहदा मतलब इन्हां नूं पता सीगा कि रिपोर्ट तैयार है, इन्हां नूं पता सीगा कि बादल दे परिवार वगैरह नामजद नहीं हो रहे, जे असीं रिपोर्ट विधानसभा दे सदन दे मेज दे उत्ते रख दित्ती तां साडे तां तोते उड़ जाणगे, साडा जिहड़ा चेहरा उह बेनकाब हो जाएगा। इन्हां ने विधानसभा तों गल छुपाई है, नॉर्मल कोर्स विच जदों पार्लियामेंट विधानसभा चलदी हुंदी है जिहड़ियां वी कोई इंपोर्टेंट रिपोर्ट्स ने उह उत्थे टेबल कीतियां जांदियां, लेकिन उत्थे नहीं टेबल कीतियां। इन्हां दे अपने एमएलए ने इस गल दे उत्ते रोस ते विरोध कीता, इन्हां ने बहस वास्ते उत्थे टाइम नहीं दित्ता। सो मेरा तां इह मनना वा कि इह जाण बुझ के इन्हां ने राह दित्ता, सेफ पैसेज दित्ता बादल परिवार नूं इक एडे वड्डे गुनाह दा। तो फिर जो एडा वड्डा गुनाह को करता, ठीक है तुसीं इत्थों अदालतां चो बचा लोगे, इत्थे मैन मेड कोर्ट्स चो बचा लोगे, लेकिन उस वाहेगुरू की अदालत विचों यकीन रखना कि जिन्हां भी लोगों ने कोई गलत काम किया जिंदगी दे विच उन्हां नूं बख्शा नहीं जाएगा, ये कुदरत का निजम है। तो मैं तुहानूं सब नूं अपील करूंगा कि जिथे भी तुसीं लोग बैठे हो जिहड़े गुरु नानक नाम लेवा जिहड़े जुड़े हुए ने गुरु ग्रंथ साहिब की फिलोसफी दे नाल, इंसानियत दे नाल, सेवा भावना दे नाल, ਆਪਾਂ ਸਭ ਨੇ ਇਸ ਨੂੰ ਆਉਣ ਵਾਲੇ ਸਮੇਂ 'ਚ ਅਲਾਈਵ ਰੱਖਣਾ, ਇਸ ਇਸ਼ੂ ਨੂੰ ਉੱਤੇ ਲੜਦੇ ਭਿੜਦੇ ਰਹਿਣਾ। ਤੁਹਾਡਾ ਸਾਰਿਆਂ ਦਾ ਅੱਜ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਨਿਸ਼ ਕਰ ਲਿਆ, ਫਿਨਿਸ਼।